ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਹਾਂ ਸ਼ਿਵਾਨੀ ਇਸ ਵੇਲੇ ਦੀ ਅਪਡੇਟ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਹਾਂ ਵੱਡੀ ਅਪਡੇਟ ਜੁੜੀ ਆਪ ਸਰਕਾਰ ਦੇ ਨਾਲ ਜਿਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਸਰਕਾਰ ਇਤਿਹਾਸਿਕ ਲੀਡ ਨਾਲ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾ ਚੁੱਕੀ ਹੈ ਇਸ ਤੋਂ ਬਾਅਦ ਇਸ ਵੇਲੇ ਦੀ ਵੱਡੀ ਅਪਡੇਟ ਜੁੜੀ ਹੈ ਜੀ ਆਪ ਸਰਕਾਰ ਦੇ ਇੱਕ ਐਕਟਿਵ ਲੀਡਰ ਦੇ ਨਾਲ ਤੁਹਾਨੂੰ ਦੱਸ ਦਈਏ ਰਾਘਵ ਚੱਡਾ ਜੀ ਹਾਂ ਰਾਘਵ ਚੱਡਾ ਜੋ ਕਿ ਦਿੱਲੀ ਦੇ ਰਜਿੰਦਰਾ ਨਗਰ ਤੋਂ ਵਿਧਾਇਕ ਹਨ ਉਹਨਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਮੇਰੀ ਜਾਣਕਾਰੀ ਮੁਤਾਬਕ ਰਾਘਵ ਚੱਡਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸਲ ਕੀਤੀ ਗਈ ਜਿੱਤ ਤੋਂ ਬਾਅਦ ਰਾਜ ਸਭਾ ਦੇ ਲਈ ਪੰਜ ਨਾਮ ਐਲਾਨੇ ਗਏ ਸਨ ਉਹਨਾਂ ਪੰਜ ਨਾਵਾਂ ਤੋਂ ਵਿੱਚੋਂ ਇੱਕ ਨਾਮ ਸੀਗਾ ਰਾਘਵ ਚੱਡਾ ਦਾ ਜੀ ਹਾਂ ਉਹਨਾਂ ਨੇ ਇਸ ਵੇਲੇ ਦਿੱਲੀ ਦੇ ਵਿੱਚ ਜੋ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਉਹ ਰਾਜ ਸਭਾ ਦੇ ਇਲੈਕਸ਼ਨ ਲਈ ਲੜਨਗੇ ਜਿਵੇਂ ਕਿ ਆਉਣ ਵਾਲੇ ਸਮੇਂ ਵਿੱਚ ਰਾਜ ਸਭਾ ਦੇ ਚੁਣਾਵੀ ਇਲੈਕਸ਼ਨ ਹੋਣਗੇ ਨੋਮੀਨੇਟ ਹੋ ਚੁੱਕੇ ਹਨ ਰਾਘਵ ਚੱਡਾ ਆਪਣੀ ਸਪੀਚ ਦੌਰਾਨ ਉਹਨਾਂ ਨੇ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਜਿਸ ਵਿੱਚ ਉਹਨਾਂ ਨੇ ਇੰਨੀ ਵੱਡੀ ਜ਼ਿੰਮੇਦਾਰੀ ਲਈ ਦਿੱਲੀ ਸੁਪਰੀਮੋ ਦਾ ਧੰਨਵਾਦ ਕੀਤਾ ਇਸ ਦੇ ਨਾਲ ਨਾਲ ਰਾਘਵ ਚੱਡਾ ਵੱਲੋਂ ਦਿੱਲੀ ਦੇ ਰਜਿੰਦਰਾ ਨਗਰ ਦੇ ਵਾਸੀਆਂ ਦਾ ਵੀ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੂੰ ਇਸ ਸੇਵਾ ਦਾ ਮੌਕਾ ਮਿਲਿਆ ਤੁਹਾਨੂੰ ਦੱਸ ਦਈਏ ਇਸ ਵਾਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਭ ਤੋਂ ਵੱਡੀ ਖਬਰ ਆਪ ਸਰਕਾਰ ਦੇ ਨਾਲ ਰਿਲੇਟਡ ਕਿ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਰਾਘਵ ਚੱਡਾ ਜੋ ਕਿ ਦਿੱਲੀ ਤੋਂ ਵਿਧਾਇਕ ਹਨ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਹੁਣ ਰਾਜ ਸਭਾ ਦੇ ਇਲੈਕਸ਼ਨਸ ਲਈ ਉਹ ਜਾਣਗੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਰਾਘਵ ਚੱਡਾ ਵੱਲੋਂ ਆਪਣੀ ਸਪੀਚ ਦੌਰਾਨ ਸ਼ੁਕਰੀਆ ਅਦਾ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਲੀਡਰ ਹੋਣਗੇ ਇੱਕ ਜੇਕਰ ਉਹ ਚੁਣੇ ਜਾਂਦੇ ਹਨ ਰਾਘਵ ਚੱਡਾ ਇਸ ਦੇ ਨਾਲ ਵੱਡੀ ਅਪਡੇਟ ਹਰ ਅਪਡੇਟ ਲਈ ਜੁੜੇ ਰਹੋ ਸਕੈਨਸ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਹਾਂ ਸ਼ਿਵਾਨੀ ਇਸ ਵੇਲੇ ਦੀ ਅਪਡੇਟ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਹਾਂ ਵੱਡੀ ਅਪਡੇਟ ਜੁੜੀ ਆਪ ਸਰਕਾਰ ਦੇ ਨਾਲ ਜਿਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਸਰਕਾਰ ਇਤਿਹਾਸਿਕ ਲੀਡ ਨਾਲ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾ ਚੁੱਕੀ ਹੈ ਇਸ ਤੋਂ ਬਾਅਦ ਇਸ ਵੇਲੇ ਦੀ ਵੱਡੀ ਅਪਡੇਟ ਜੁੜੀ ਹੈ ਜੀ ਆਪ ਸਰਕਾਰ ਦੇ ਇੱਕ ਐਕਟਿਵ ਲੀਡਰ ਦੇ ਨਾਲ ਤੁਹਾਨੂੰ ਦੱਸ ਦਈਏ ਰਾਘਵ ਚੱਡਾ ਜੀ ਹਾਂ ਰਾਘਵ ਚੱਡਾ ਜੋ ਕਿ ਦਿੱਲੀ ਦੇ ਰਜਿੰਦਰਾ ਨਗਰ ਤੋਂ ਵਿਧਾਇਕ ਹਨ ਉਹਨਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਮੇਰੀ ਜਾਣਕਾਰੀ ਮੁਤਾਬਕ ਰਾਘਵ ਚੱਡਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸਲ ਕੀਤੀ ਗਈ ਜਿੱਤ ਤੋਂ ਬਾਅਦ ਰਾਜ ਸਭਾ ਦੇ ਲਈ ਪੰਜ ਨਾਮ ਐਲਾਨੇ ਗਏ ਸਨ ਉਹਨਾਂ ਪੰਜ ਨਾਵਾਂ ਤੋਂ ਵਿੱਚੋਂ ਇੱਕ ਨਾਮ ਸੀਗਾ ਰਾਘਵ ਚੱਡਾ ਦਾ ਜੀ ਹਾਂ ਉਹਨਾਂ ਨੇ ਇਸ ਵੇਲੇ ਦਿੱਲੀ ਦੇ ਵਿੱਚ ਜੋ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਉਹ ਰਾਜ ਸਭਾ ਦੇ ਇਲੈਕਸ਼ਨ ਲਈ ਲੜਨਗੇ ਜਿਵੇਂ ਕਿ ਆਉਣ ਵਾਲੇ ਸਮੇਂ ਵਿੱਚ ਰਾਜ ਸਭਾ ਦੇ ਚੁਣਾਵੀ ਇਲੈਕਸ਼ਨ ਹੋਣਗੇ ਨੋਮੀਨੇਟ ਹੋ ਚੁੱਕੇ ਹਨ ਰਾਘਵ ਚੱਡਾ ਆਪਣੀ ਸਪੀਚ ਦੌਰਾਨ ਉਹਨਾਂ ਨੇ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਜਿਸ ਵਿੱਚ ਉਹਨਾਂ ਨੇ ਇੰਨੀ ਵੱਡੀ ਜ਼ਿੰਮੇਦਾਰੀ ਲਈ ਦਿੱਲੀ ਸੁਪਰੀਮੋ ਦਾ ਧੰਨਵਾਦ ਕੀਤਾ ਇਸ ਦੇ ਨਾਲ ਨਾਲ ਰਾਘਵ ਚੱਡਾ ਵੱਲੋਂ ਦਿੱਲੀ ਦੇ ਰਜਿੰਦਰਾ ਨਗਰ ਦੇ ਵਾਸੀਆਂ ਦਾ ਵੀ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੂੰ ਇਸ ਸੇਵਾ ਦਾ ਮੌਕਾ ਮਿਲਿਆ ਤੁਹਾਨੂੰ ਦੱਸ ਦਈਏ ਇਸ ਵਾਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਭ ਤੋਂ ਵੱਡੀ ਖਬਰ ਆਪ ਸਰਕਾਰ ਦੇ ਨਾਲ ਰਿਲੇਟਡ ਕਿ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਰਾਘਵ ਚੱਡਾ ਜੋ ਕਿ ਦਿੱਲੀ ਤੋਂ ਵਿਧਾਇਕ ਹਨ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਹੁਣ ਰਾਜ ਸਭਾ ਦੇ ਇਲੈਕਸ਼ਨਸ ਲਈ ਉਹ ਜਾਣਗੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਰਾਘਵ ਚੱਡਾ ਵੱਲੋਂ ਆਪਣੀ ਸਪੀਚ ਦੌਰਾਨ ਸ਼ੁਕਰੀਆ ਅਦਾ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਲੀਡਰ ਹੋਣਗੇ ਇੱਕ ਜੇਕਰ ਉਹ ਚੁਣੇ ਜਾਂਦੇ ਹਨ ਰਾਘਵ ਚੱਡਾ ਇਸ ਦੇ ਨਾਲ ਵੱਡੀ ਅਪਡੇਟ ਹਰ ਅਪਡੇਟ ਲਈ ਜੁੜੇ ਰਹੋ ਸਕੈਨਸ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਹਾਂ ਸ਼ਿਵਾਨੀ ਇਸ ਵੇਲੇ ਦੀ ਅਪਡੇਟ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਹਾਂ ਵੱਡੀ ਅਪਡੇਟ ਜੁੜੀ ਆਪ ਸਰਕਾਰ ਦੇ ਨਾਲ ਜਿਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਸਰਕਾਰ ਇਤਿਹਾਸਿਕ ਲੀਡ ਨਾਲ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾ ਚੁੱਕੀ ਹੈ ਇਸ ਤੋਂ ਬਾਅਦ ਇਸ ਵੇਲੇ ਦੀ ਵੱਡੀ ਅਪਡੇਟ ਜੁੜੀ ਹੈ ਜੀ ਆਪ ਸਰਕਾਰ ਦੇ ਇੱਕ ਐਕਟਿਵ ਲੀਡਰ ਦੇ ਨਾਲ ਤੁਹਾਨੂੰ ਦੱਸ ਦਈਏ ਰਾਘਵ ਚੱਡਾ ਜੀ ਹਾਂ ਰਾਘਵ ਚੱਡਾ ਜੋ ਕਿ ਦਿੱਲੀ ਦੇ ਰਜਿੰਦਰਾ ਨਗਰ ਤੋਂ ਵਿਧਾਇਕ ਹਨ ਉਹਨਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਮੇਰੀ ਜਾਣਕਾਰੀ ਮੁਤਾਬਕ ਰਾਘਵ ਚੱਡਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸਲ ਕੀਤੀ ਗਈ ਜਿੱਤ ਤੋਂ ਬਾਅਦ ਰਾਜ ਸਭਾ ਦੇ ਲਈ ਪੰਜ ਨਾਮ ਐਲਾਨੇ ਗਏ ਸਨ ਉਹਨਾਂ ਪੰਜ ਨਾਵਾਂ ਤੋਂ ਵਿੱਚੋਂ ਇੱਕ ਨਾਮ ਸੀਗਾ ਰਾਘਵ ਚੱਡਾ ਦਾ ਜੀ ਹਾਂ ਉਹਨਾਂ ਨੇ ਇਸ ਵੇਲੇ ਦਿੱਲੀ ਦੇ ਵਿੱਚ ਜੋ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਉਹ ਰਾਜ ਸਭਾ ਦੇ ਇਲੈਕਸ਼ਨ ਲਈ ਲੜਨਗੇ ਜਿਵੇਂ ਕਿ ਆਉਣ ਵਾਲੇ ਸਮੇਂ ਵਿੱਚ ਰਾਜ ਸਭਾ ਦੇ ਚੁਣਾਵੀ ਇਲੈਕਸ਼ਨ ਹੋਣਗੇ ਨੋਮੀਨੇਟ ਹੋ ਚੁੱਕੇ ਹਨ ਰਾਘਵ ਚੱਡਾ ਆਪਣੀ ਸਪੀਚ ਦੌਰਾਨ ਉਹਨਾਂ ਨੇ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਜਿਸ ਵਿੱਚ ਉਹਨਾਂ ਨੇ ਇੰਨੀ ਵੱਡੀ ਜ਼ਿੰਮੇਦਾਰੀ ਲਈ ਦਿੱਲੀ ਸੁਪਰੀਮੋ ਦਾ ਧੰਨਵਾਦ ਕੀਤਾ ਇਸ ਦੇ ਨਾਲ ਨਾਲ ਰਾਘਵ ਚੱਡਾ ਵੱਲੋਂ ਦਿੱਲੀ ਦੇ ਰਜਿੰਦਰਾ ਨਗਰ ਦੇ ਵਾਸੀਆਂ ਦਾ ਵੀ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੂੰ ਇਸ ਸੇਵਾ ਦਾ ਮੌਕਾ ਮਿਲਿਆ ਤੁਹਾਨੂੰ ਦੱਸ ਦਈਏ ਇਸ ਵਾਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਭ ਤੋਂ ਵੱਡੀ ਖਬਰ ਆਪ ਸਰਕਾਰ ਦੇ ਨਾਲ ਰਿਲੇਟਡ ਕਿ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਰਾਘਵ ਚੱਡਾ ਜੋ ਕਿ ਦਿੱਲੀ ਤੋਂ ਵਿਧਾਇਕ ਹਨ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਹੁਣ ਰਾਜ ਸਭਾ ਦੇ ਇਲੈਕਸ਼ਨ ਲਈ ਉਹ ਜਾਣਗੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਰਾਘਵ ਚੱਡਾ
इस दे नाल वड्डी अपडेट हर अपडेट ले जुड़े रहो स्कैनर्स पंजाब दे नाल।